ਦਾ ਸੰਵਿਧਾਨ ਬਣਾਇਆ ਸੀ ਤਾਂ ਸਾਰਿਆਂ ਨੂੰ ਹੱਕ ਇੱਕ ਬਰਾਬਰ ਲੈ ਕੇ ਦਿੱਤੇ ਸੀ। ਉਹਦੇ ਵਿੱਚ ਅੱਜ ਮੇਰਾ ਸਮਾਜ, ਮੇਰੀ ਕੌਮ ਤਰੱਕੀਆਂ ਵੱਲ ਜਾ ਰਹੀ ਹੈ। ਆਸ ਵੀ ਅਸੀਂ ਤੁਹਾਡੇ ਤੋਂ ਇਹੀ ਕਰਦੇ ਕਿ ਗੁਰੂਆਂ ਦੇ ਮਿਸ਼ਨ ਨੂੰ ਅਡਾਪਟ ਕਰੋ, ਗੁਰੂਆਂ ਦੇ ਮਿਸ਼ਨ ਨੂੰ ਅਡਾਪਟ ਕਰੋ, ਉਹਨਾਂ ਦੇ ਮਿਸ਼ਨ ਦੇ ਦੀਵੇ ਘਰ ਘਰ ਜਗਾਓ। ਇਹ ਨਾ ਕਹੋ ਕਿ ਰਜਨੀ ਠੱਕਰਵਾਲ ਕਰਿਆ ਭੜਕਾਊ ਕਲਾਕਾਰ। ਅਸੀਂ ਗੁਰੂਆਂ ਦੀ ਬਾਣੀ ਤੋਂ ਕਦੀ ਬਾਹਰ ਨਹੀਂ ਗਏ। ਹਰ ਇੱਕ ਗੱਲ ਗੁਰੂਆਂ ਦੀ ਬਾਣੀ ਨੂੰ ਲੈ ਕੇ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਸੰਗਤਾਂ ਦੇ ਵਿੱਚ ਆਪਣੀ ਗੱਲ ਰੱਖੀ ਦੀ ਹੈ। ਔਰ ਮੈਨੂੰ ਇੰਨਾ ਪਤਾ ਹੈ ਕਿ ਬਹੁਤ ਹੀ ਸਤਿਕਾਰਯੋਗ ਸੰਗਤ ਬੈਠੀ ਹੈ, ਸੂਝਵਾਨ ਸੰਗਤ ਬੈਠੀ ਹੈ, ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਅਡਾਪਟ ਕਰੂਗੀ, ਉਹਨਾਂ ਦੇ ਮਿਸ਼ਨ ਦੇ ਦੀਵੇ ਘਰ ਘਰ ਜਗਾਊਗੀ। ਸੋ ਉਸ ਮਿਸ਼ਨ ਦੀ ਗੱਲ ਹੀ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੀ ਜਾਗੋ ਤੁਹਾਡੇ ਸਾਹਮਣੇ ਰੱਖਣ ਲੱਗੀ ਆ। ਉਹ ਜਾਗੋ, ਉਹ ਜੋਤ ਜਿਹਦਾ ਜਨਮ ਕਾਂਸ਼ੀ ਸ਼ਹਿਰ ਸੀਰ ਗੋਵਰਧਨਪੁਰ ਦੇ ਵਿੱਚ ਪਿਤਾ ਸੰਤੋਖ ਮਾਤਾ ਕਲਸਾ ਜੀ ਦੇ ਘਰ ਵਿੱਚ ਹੋਇਆ, ਉਹ ਜੋਤ ਉੱਥੇ ਜੰਮੀ ਪਲੀ ਹੈ, ਵੱਡੀ ਹੋਈ ਹੈ ਤੇ ਬਾਅਦ ਵਿੱਚ ਪੰਜਾਬ ਦੇ ਵਿੱਚ ਆਈ ਹੈ। ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਉਸ ਜੋਤ ਨੂੰ ਬਹੁਤ ਹੀ ਪਿਆਰ ਸਤਿਕਾਰ ਇੱਜ਼ਤ ਬਖਸ਼ੀ ਆ ਤੇ ਫੁੱਲਾਂ ਦੀ